ਬਾਰਿਸ਼ ਦੀ ਪਹਿਲੀ ਬੂੰਦ ਜਦੋਂ ਕੇਲੇ ਤੇ ਪੈਂਦੀ ਹੈ ਤਾਂ ਉਹ ਕਪੂਰ ਬਣ ਜਾਂਦੀ ਹੈ। ਸਿੱਪੀ ਵਿੱਚ ਪੈ ਕੇ ਮੋਤੀ ਤੇ ਜੇਕਰ ਉਹੀ ਬੂੰਦ ਸੱਪ ਦੇ ਮੂੰਹ ਵਿੱਚ ਪੈਂਦੀ ਹੈ ਤਾਂ ਜ਼ਹਿਰ ਬਣ ਜਾਂਦੀ ਹੈ। ਮਤਲਬ ਕਿ ਜਿਹੋ ਜਿਹੀ ਸੰਗਤ ਉਹੋ ਜਿਹਾ ਹੀ ਮਿਲੇਗਾ ਫਲ। ਕਹਿੰਦੇ ਨੇ ਇੱਕ ਚੰਗੇ ਸ੍ਰੇਸ਼ਟ ਬੰਦੇ ਦੀ ਸੰਗਤ ਕਰਕੇ ਉਹਦੇ ਵਿਵਹਾਰ ਕਰਕੇ ਜਿਹੜੇ ਮਾੜੇ ਲੋਕ ਆ ਉਹ ਵੀ ਚੰਗੇ ਬਣ ਸਕਦੇ ਨੇ। ਇੱਕ ਆਮ ਜਿਹੀ ਕਹਾਵਤ ਆ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਲੈਂਦਾ ਹੈ। ਫਿਰ ਤਾਂ ਉਹੀ ਗੱਲ ਕਿ ਸੰਗਤ ਜਿਹੋ ਜਿਹੀ ਹੋ, ਜੈਸੀ ਸੰਗਤ ਵੈਸੀ ਰੰਗਤ। ਅਤੇ ਇਹ ਸੰਗਤ ਮਨੁੱਖ ਦੇ ਜੀਵਨ ਵਿੱਚ ਕਿੰਨਾ ਕੁ ਅਸਰ ਕਰਦੀ ਹੈ, ਇੱਕ ਚੰਗੇ ਭਲੇ ਇਨਸਾਨ ਨੂੰ ਡੋਬ ਦਿੰਦੀ ਹੈ ਜਾਂ ਉਹਨੂੰ ਤਾਰਦੀ ਹੈ, ਜਾਂ ਫਿਰ ਇੱਕ ਇਨਸਾਨ ਨੂੰ ਕਾਮਯਾਬ ਹੋਣ ਦੇ ਵਿੱਚ ਇਹ ਸੰਗਤ ਕਿੰਨਾ ਕੁ ਮੈਟਰ ਕਰਦੀ ਹੈ, ਕਰਦੀ ਵੀ ਹੈ ਜਾਂ ਫਿਰ ਨਹੀਂ, ਇਸ ਸਭ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ। ਤੁਹਾਨੂੰ ਦੱਸਾਂਗੇ ਕਿ ਇਹ ਜਿਹੜੀ ਬੰਦਾ ਜਿਨ੍ਹਾਂ ਲੋਕਾਂ ਦੇ ਵਿੱਚ ਰਹਿੰਦਾ ਹੈ ਉਹ ਕਿੰਨਾ ਕੁ ਇੱਕ ਬੰਦੇ ਦੇ ਜੀਵਨ ਦੇ ਵਿੱਚ ਮਹੱਤਵ ਰੱਖਦੇ ਨੇ। ਦਰਅਸਲ ਦੋਸਤੋ, ਕਈ ਵਾਰ ਅਸੀਂ ਕੁਝ ਵੱਖਰਾ, ਕੁਝ ਵੱਡਾ ਕਰਨਾ ਚਾਹੁੰਦੇ ਹਾਂ, ਪਰ ਜਿਹੜੇ ਸਾਡੇ ਦਿਮਾਗ ਦੇ ਵਿਚਾਰ ਆ ਇਹ ਸਾਨੂੰ ਕੁਝ ਕਰਨ ਨਹੀਂ ਦਿੰਦੇ। ਅਸੀਂ ਸੋਚ ਲੈਂਦੇ ਹਾਂ ਕੰਮ ਕਰਨ ਤੋਂ ਪਹਿਲਾਂ ਹੀ ਕਿ ਯਾਰ ਮੇਰੇ ਤੋਂ ਇਹ ਕੰਮ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ, ਤਾਂ ਬਸ ਫਿਰ ਉੱਥੇ ਹੀ ਅਸੀਂ ਪੈਰ ਅੱਗੇ ਪੁੱਟਣ ਦੀ ਬਜਾਏ ਉੱਥੇ ਦੇ ਉੱਥੇ ਖੜ੍ਹੇ ਰਹਿ ਜਾਂਦੇ ਹਾਂ, ਪਿੱਛੇ ਹੀ ਸਗੋਂ ਆ ਜਾਂਦੇ ਹਾਂ, ਕੰਮ ਨੂੰ ਸ਼ੁਰੂ ਹੀ ਨਹੀਂ ਕਰ ਪਾਉਂਦੇ। ਮਤਲਬ ਕਿ ਦਿਮਾਗ ਨੂੰ ਸਹੀ ਜਾਣਕਾਰੀ ਹੀ ਨਹੀਂ ਪਹੁੰਚ ਰਹੀ ਤਾਂ ਫਿਰ ਅੱਗੇ ਕੰਮ ਕਿਵੇਂ ਕਰਾਂਗੇ। ਕਿਹਾ ਜਾਂਦਾ ਹੈ ਕਿ ਦਿਮਾਗ ਨੂੰ ਜਿੱਦਾਂ ਦਾ ਦੱਸਿਆ ਜਾਵੇ, ਜਿਹੋ ਜਿਹੀ ਖੁਰਾਕ ਉਹਦੇ ਤੱਕ ਪਹੁੰਚਾਈ ਜਾਵੇ, ਇਹ ਉੱਦਾਂ ਹੀ ਕੰਮ ਕਰਦਾ ਹੈ। ਇੱਕ ਇੰਗਲਿਸ਼ ਦੀ ਕਹਾਵਤ ਆ, ਵਟ ਯੂ ਫੀਡ ਯੂਅਰ ਮਾਇੰਡ ਬਿਕਮਸ ਯੂਅਰ ਰਿਐਲਿਟੀ, ਅਤੇ ਹੁੰਦਾ ਵੀ ਇਸੇ ਤਰ੍ਹਾਂ। ਜਿਵੇਂ ਆਪਾਂ ਗੱਲ ਕੀਤੀ ਕਿ ਜਿਹੋ ਜਿਹੀ ਸੰਗਤ ਆ ਮਨੁੱਖ ਦੇ ਜੀਵਨ ਦੇ ਵਿੱਚ ਉਹਦਾ ਅਸਰ ਹੁੰਦਾ ਹੀ ਹੈ, ਉਹ ਉਹੋ ਜਿਹਾ ਬਣ ਜਾਂਦਾ ਆ। ਬੁਰੀ ਸੰਗਤ ਦੇ ਵਿੱਚ ਰਹੋਗੇ ਤਾਂ ਬੁਰੇ ਬਣ ਜਾਵੋਗੇ, ਚੰਗੀ ਸੰਗਤ ਦੇ ਵਿੱਚ ਰਹੋਗੇ ਤਾਂ ਚੰਗੇ ਹੀ ਬਣੋਗੇ। ਮੰਨ ਲਓ ਤੁਹਾਡੇ ਆਸ ਪਾਸ ਜਿਨ੍ਹਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਇੱਕ ਚੜ੍ਹਦੀ ਕਲਾ ਵਾਲਾ ਇਨਸਾਨ ਆ, ਹਮੇਸ਼ਾ ਉਹ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦਾ ਹੈ, ਚੰਗਾ ਹੀ ਬੋਲਦਾ ਆ, ਕਿਸੇ ਦੇ ਬਾਰੇ ਮਾੜਾ ਨਹੀਂ ਬੋਲਦਾ, ਉਹਦੇ ਵਿੱਚ ਰਹਿ ਕੇ ਤੁਸੀਂ ਵੀ ਚੜ੍ਹਦੀ ਕਲਾ ਵਾਲੇ ਬਣ ਜਾਵੋਗੇ, ਉਹਦੀਆਂ ਚੰਗਿਆਈਆਂ ਤੁਹਾਡੇ ਅੰਦਰ ਆ ਜਾਣਗੀਆਂ, ਜਿਹੜੀਆਂ ਤੁਹਾਡੀਆਂ ਬੁਰਿਆਈਆਂ ਹੋਣਗੀਆਂ ਉਹ ਖਤਮ ਹੋ ਜਾਣਗੀਆਂ ਜਿੱਦਾਂ ਦੀ ਤੁਸੀਂ ਸੰਗਤ ਦੇ ਵਿੱਚ ਰਹਿੰਦੇ ਹੋ। ਪਰ ਇਹੀ ਜੇਕਰ ਤੁਹਾਡੇ ਜਿਹੜੇ ਆਸ ਪਾਸ ਵਾਲੇ ਲੋਕ ਆ, ਤੁਹਾਡੇ ਦੋਸਤ ਆ ਜਾਂ ਜਿਨ੍ਹਾਂ ਵਿੱਚ ਤੁਸੀਂ ਰਹਿੰਦੇ ਹੋ, ਜੇਕਰ ਉਹ ਉਹਨਾਂ ਦੇ ਵਿੱਚ ਕੁਛ ਬੁਰਿਆਈਆਂ ਆ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਮੈਂ ਇਹ ਕੰਮ ਕਰਨਾ ਚਾਹੁੰਦਾ ਹਾਂ, ਅਤੇ ਅਗਲੇ ਤੁਹਾਨੂੰ ਕਹਿ ਦੇਣ ਕਿ ਨਹੀਂ ਯਾਰ ਇਹ ਤੇਰੇ ਤੋਂ ਨਹੀਂ ਹੋਣਾ, ਛੱਡ ਪਰੇ ਰਹਿਣ ਦੇ, ਤਾਂ ਫਿਰ ਤੁਸੀਂ ਸੋਚੋਗੇ, ਆਟੋਮੈਟਿਕਲੀ ਦਿਮਾਗ ਦੇ ਵਿੱਚ ਵਿਚਾਰ ਆ ਜਾਂਦਾ ਹੈ ਕਿ ਸਾਡਾ ਦੋਸਤ ਆ ਸਹੀ ਹੀ ਕਹਿ ਰਿਹਾ ਹੋਵੇਗਾ ਇਹ ਬੰਦਾ, ਤਾਂ ਫਿਰ ਆਪਣੇ ਦਿਮਾਗ ਦੇ ਵਿੱਚ ਵੀ ਉਹੀ ਵਿਚਾਰ ਆਉਂਦੇ ਨੇ, ਅਤੇ ਅਸੀਂ ਉਸ ਕੰਮ ਨੂੰ ਕਰਨ ਦੀ ਬਜਾਏ ਦੋ ਕਦਮ ਅੱਗੇ ਪੁੱਟਣ ਦੀ ਬਜਾਏ ਚਾਰ ਕਦਮ ਪਿੱਛੇ ਪੁੱਟ ਲੈਂਦੇ ਹਾਂ। ਜੇਕਰ ਉਹ ਬੰਦਾ ਤੁਹਾਡੇ ਮੂੰਹ 'ਤੇ ਨਹੀਂ ਕਹਿੰਦਾ, ਕਿਤੇ ਪਿੱਠ ਪਿੱਛੇ ਕਹਿੰਦਾ ਆ, ਤਾਂ ਉਹ ਚੀਜ਼ਾਂ ਵੀ ਦਿਮਾਗ ਦੇ ਉੱਤੇ ਅਸਰ ਕਰਦੀਆਂ ਆ, ਅਤੇ ਇਹ ਸਾਡੇ 'ਤੇ ਡਿਪੈਂਡ ਕਰਦਾ ਹੈ ਕਿ ਅਸੀਂ ਉਹਨਾਂ ਨੂੰ ਅਸਰ ਦੇ ਵਿੱਚ ਲਿਆਉਣਾ ਆ ਜਾਂ ਫਿਰ ਨਹੀਂ। ਅਤੇ ਫਿਰ ਉੱਥੇ ਹੀ ਇਹ ਗੱਲ ਵੀ ਆ ਜਾਂਦੀ ਹੈ ਕਿ ਸਾਡੀ ਸੰਗਤ ਕਿੱਦਾਂ ਦੀ ਹੈ। ਜੇਕਰ ਸਾਡੇ ਸੰਗਤ ਦੇ ਵਿੱਚ ਉਹੋ ਜਿਹੇ ਲੋਕ ਹੀ ਨਹੀਂ ਹੋਣਗੇ, ਚੰਗੇ ਲੋਕ ਚੜ੍ਹਦੀ ਕਲਾ ਵਾਲੇ ਲੋਕ ਹੋਣਗੇ, ਤਾਂ ਫਿਰ ਸਾਡੇ 'ਤੇ ਉਹ ਜਿਹੜੀਆਂ ਨਕਾਰਾਤਮਕ ਗੱਲਾਂ ਆ ਉਹ ਅਸਰ ਹੀ ਨਹੀਂ ਕਰਨਗੀਆਂ। ਚੰਗੀ ਸੰਗਤ, ਚੰਗੇ ਵਿਚਾਰ ਮਨੁੱਖ ਦੇ ਜੀਵਨ ਦੇ ਵਿੱਚ ਉਹਦੀ ਤਰੱਕੀ ਦੇ ਰਾਹ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ। ਇੱਕ ਇਨਸਾਨ ਦੀ ਜ਼ਿੰਦਗੀ ਵਿੱਚ, ਉਹਦੇ ਜੀਵਨ ਵਿੱਚ ਇਹ ਜਿਹੜੀ ਸੰਗਤ ਆ ਬਹੁਤ ਮਹੱਤਵ ਰੱਖਦੀ ਹੈ। ਮੰਨ ਲਓ ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਹੋਵੋ, ਜੇਕਰ ਤੁਸੀਂ ਮਾੜੀ ਸੰਗਤ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਜੀਵਨ ਦੇ ਵਿੱਚ ਕਦੇ ਵੀ ਅੱਗੇ ਨਹੀਂ ਵੱਧ ਸਕਦੇ। ਪਰ ਜੇਕਰ ਤੁਸੀਂ ਖੁਦ ਮਾੜੇ ਹੋ ਪਰ ਤੁਹਾਡੀ ਸੰਗਤ ਬੜੀ ਚੰਗੀ ਹੈ, ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਮੁਕਾਮ ਹਾਸਲ ਕਰ ਸਕਦੇ ਹੋ। ਵੱਡੀਆਂ ਵੱਡੀਆਂ ਮੁਸ਼ਕਿਲਾਂ ਵੀ ਜਿਹੜੀਆਂ ਆ ਉਹ ਤੁਹਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਣਗੀਆਂ, ਤੁਹਾਨੂੰ ਛੋਟੀਆਂ ਹੀ ਜਾਪਣਗੀਆਂ। ਇੱਥੇ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੰਗਤ ਨੂੰ ਲੈ ਕੇ, ਹੋ ਸਕਦਾ ਤੁਹਾਡੇ ਜੀਵਨ ਦੇ ਵਿੱਚ ਕਈਆਂ ਦੇ ਜੀਵਨ ਨੂੰ ਇਹ ਪ੍ਰਭਾਵਿਤ ਕਰ ਸਕਦੀ ਹੈ। ਗੱਲ ਕਰਾਂਗੇ ਆਇਨਸਟਾਈਨ, ਐਲਬਰਟ ਆਇਨਸਟਾਈਨ ਦੀ, ਦੁਨੀਆ ਦਾ ਇੱਕ ਮਹਾਨ ਵਿਗਿਆਨੀ, ਮਹਾਨ ਸਾਇੰਸਦਾਨ, ਜਿਹਨੇ ਥਿਊਰੀ ਆਫ ਰਿਲੇਟਿਵਿਟੀ ਦੀ ਇਸ ਸੰਸਾਰ ਨੂੰ ਇਹ ਵੱਡੀ ਖੋਜ ਦਿੱਤੀ ਸੀ। ਅਤੇ ਜਦੋਂ ਉਹ ਰਿਲੇਟਿਵਿਟੀ ਦੇ ਵਿਸ਼ੇ ਉੱਤੇ ਖੋਜ ਕਰ ਰਿਹਾ ਸੀ, ਉਸ ਉਹਨੂੰ ਲੈ ਕੇ ਕਈ ਯੂਨੀਵਰਸਿਟੀਆਂ, ਨਵੀਆਂ ਨਵੀਆਂ ਯੂਨੀਵਰਸਿਟੀ, ਨਵੇਂ ਨਵੇਂ ਕਾਲਜਾਂ ਦੇ ਵਿੱਚ ਰੋਜ਼ ਜਾਣਾ ਪੈਂਦਾ ਸੀ, ਲੈਕਚਰ ਦੇਣੇ ਪੈਂਦੇ ਸੀ। ਅਤੇ ਇਸੇ ਤਰ੍ਹਾਂ ਜਦੋਂ ਉਹ ਜਦੋਂ ਉੱਥੇ ਜਾ ਕੇ ਲੈਕਚਰ ਦਿੰਦਾ, ਜਿਹੜਾ ਉਹਦਾ ਡਰਾਈਵਰ ਸੀ ਉਹਦੇ ਕੰਮ ਨੂੰ ਬੜੇ ਧਿਆਨ ਦੇ ਨਾਲ ਦੇਖਦਾ, ਬੜੀ ਬਰੀਕੀ ਦੇ ਨਾਲ ਦੇਖਦਾ ਕਿ ਇਹ ਬੰਦਾ ਬੋਲ ਕੀ ਰਿਹਾ ਆ, ਕਰ ਕੀ ਰਿਹਾ ਹੈ ਤਾਂ ਉਹ ਡਰਾਈਵਰ। ਪਰ ਫਿਰ ਇਸੇ ਤਰ੍ਹਾਂ ਇੱਕ ਵਾਰੀ ਉਹ ਯੂਨੀਵਰਸਿਟੀ ਦੇ ਵਿੱਚੋਂ ਲੈਕਚਰ ਦੇ ਕੇ ਐਲਬਰਟ ਆਇਨਸਟਾਈਨ ਵਾਪਸ ਆ ਰਹੇ ਸੀ, ਉਹਦੇ ਡਰਾਈਵਰ ਨੇ ਐਲਬਰਟ ਆਇਨਸਟਾਈਨ ਨੂੰ ਕਿਹਾ ਕਿ ਸਰ, ਜੋ ਤੁਸੀਂ ਕੰਮ ਕਰ ਰਹੇ ਹੋ, ਜੋ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਲੈਕਚਰ ਦਿੰਦੇ ਹੋ, ਇਹ ਤਾਂ ਬੜਾ ਹੀ ਸੌਖਾ ਜਿਹਾ ਕੰਮ ਆ, ਇਹ ਤਾਂ ਮੈਂ ਵੀ ਕਰ ਸਕਦਾ ਹਾਂ। ਫਿਰ ਐਲਬਰਟ ਆਇਨਸਟਾਈਨ ਨੇ ਹੱਸ ਕੇ ਉਸ ਡਰਾਈਵਰ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ, ਤੈਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਜਿਸ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਜਿੱਥੇ ਵੀ ਉਹ ਗਏ, ਤਾਂ ਐਲਬਰਟ ਆਇਨਸਟਾਈਨ ਨੇ ਕੀ ਕੀਤਾ, ਡਰਾਈਵਰ ਦੇ ਕੱਪੜੇ ਆਪ ਪਾ ਲਏ, ਆਪਣੇ ਕੱਪੜੇ ਉਸ ਡਰਾਈਵਰ ਨੂੰ ਪਹਿਨਾ ਦਿੱਤੇ ਅਤੇ ਉਹਨੂੰ ਸਟੇਜ ਦੇ ਉੱਤੇ ਚਾੜ ਦਿੱਤਾ ਜਾਂ ਜਿੱਥੇ ਵੀ ਉਹਨੇ ਲੈਕਚਰ ਦੇਣਾ ਸੀਗਾ।
उस ड्राइवर ने इन्नी बाखूबी लैक्चर दिता, वड्डे वड्डे अगे जड़े प्रोफेसर सिगे यूनिवर्सिटियां दे कॉलेजां दे वह बैठे सिगे, ते उन्हां दे सामने खड़े होके एक बिना पढ़े लिखे अल्बर्ट आइनस्टाइन दे ड्राइवर ने लैक्चर दिता रैलेटिविटी नू लैके, फिजिक्स नू लैके। ते किसे नू शक नहीं पिया कि यह आइनस्टाइन नहीं है, यह उहदा ड्राइवर आ। जदों लैक्चर खत्म हो गया, उस तो बाद एक वड्डे प्रोफेसर ने आन के उस ड्राइवर बने आइनस्टाइन नू पुछया, कुछ सवाल पुछे। तो फिर उस जिहड़ा जिन्हें जिहड़ा ड्राइवर आइनस्टाइन बनया होया सीगा, उन्हें कहा कि इन्ना सौखा सवाल जिहड़ा आ ये तो मेरा ड्राइवर ही दस देवेगा, इहदा जवाब मेरा ड्राइवर ही दे देवेगा। तो फिर हुण जिहड़ा आइनस्टाइन खुद ड्राइवर बनया होया सी, ओह अगे आया तो उन्हें जिहड़े सवाल पुछे सीगे उन्हां सारयां दे जवाब दे दिते। इस तो बाद अल्बर्ट आइनस्टाइन, असली अल्बर्ट आइनस्टाइन ने सारयां नूं दस्या पूरी जड़ी विथ्या, उन्होंने सुनाई कि किस तरह मेरा ड्राइवर अल्बर्ट आइनस्टाइन बन के उन्हें तुहानू लैक्चर दिता फिजिक्स से, ते फिर वह मैं उहदे कपड़े मैं पाले ते मैं ड्राइवर बनिया। तो सारे जड़े उत्थे आए हुए सीगे प्रोफेसर सीगे जां जो वड्डे वड्डे विद्वान होणगे, जिहड़े लोग सी वह बड़े हैरान होए कि यह जिहड़ी रिलेटिविटी वाला विषय आ, यह वड्डे वड्डे लोगों नूं समझ नहीं आता, जिहड़े पढ़े लिखे लोग उन्हां नूं समझ नहीं आता, तो यह ड्राइवर नूं इन्ना इन्नी बारीकी दे नाल इन्नी वधिया तरह उन्हें सारयां नूं समझाया, सारे बड़े हैरान होए। तो इतों पता लगता है कि अल्बर्ट आइनस्टाइन एक वड्डा पढ़िया लिखिया साइंसदान सीगा, विज्ञानी सी, उहदी संगत दे विच रहिंदे होए उहदा ड्राइवर जिहड़ा हमेशा उहदे नाल रहिंदा होवेगा, उहदे कोलों उह यह विज्ञान का इन्ना जिहड़ा एक गुंझलदार टॉपिक आ उह समझ गया सीगा। इत्थे संगत ही गी कि वह संगत कर रहा सी आइनस्टाइन दी, ते इन्ना वधिया जिहड़ा उन्हें जाके फिर अगे लैक्चर दिता। हुण इत्थे देखण वाली गल ये भी है तो वह ड्राइवर सीगा, वह भी इन्ने वड्डे विज्ञानी दा, उन्हें हौसला किया, उन्हें हिम्मत की, ते एक एक शब्द चैलेंज किया आइनस्टाइन नूं कि जिहड़ा तुसीं काम कर सकते हो वह काम मैं भी कर सकता हाँ। उन्हें अपने डर नूं पिछे छड के उन्हूं यह गल कही, तो उन्हूं यह मौका मिलिया, कुछ नवं करन दा मौका मिलिया। इस तरह असी हाँ, कई बार असी डर के पक्षों एक कदम अगे नहीं पुटते, तो उत्थे दे उत्थे खड़े रह जाने, रिस्क सानू लेना चाहिए। फिर दूजी गल कि वह ड्राइवर आइनस्टाइन के काम में किन्नी बरीकी दे नाल देखता सीगा, उहदे विच कुछ जानने की कुछ सीखने की इच्छा सी, तदे ही वह ये काम कर पाया। ये सारा कुछ संगत का करके ही हो सकिया सी। बंदे दी जेकर संगत बुरी हुंदी है वह बुरा बनता है, जेकर उहदी संगत चंगी हुंदी है, सच्ची सुची हुंदी है, नेक हुंदी है, तो वह चंगा बंदा ही बनता है। ये गल इस बारे जड़ा गुरबाणी दे विचों भी सानू फुरमान मिलता है। कबीर साहब फरमाउंदे ने, कबीर मन पंखी पयो उड उड दह दिस जाए, जो जैसी संगत मिले सो तैसो फल खाए। यानी कि बंदा जिहो जिही संगत दे विच बहिंदा आ वह उहो जिहा ही फल खांदा आ, उहो जिहा ही उहनूं मिलदा आ, उहो जिहा ही उह खुद हो जांदा आ। ते फिर एहो जिही संगत जिहड़ी माड़ी संगत आ उहदा कीत्या नतीजा की हुंदा है, इस बारे भी कबीर साहिब अगे कहिंदे ने, कबीर मारी मरों कुसंग की केले निकट जो बेर, उह झूलै उह झूरीऐ साकत संग नाहिर। बड़ी वधिया एग्जाम्पल इत्थे कबीर साहिब ने दित्ती है कि एक दो रुखिया, एक केले का आ ते एक बेरी आ। हुण बेरी नूं कंडे लगे हुंदे आ, उहदे लागे केले का जिहड़ा रुख आ, दोवें इकट्ठे लाए हुए आ। जदों हवा आउंदी है बेरी तां अपने आप दे अपने ईमान दे विचों झूम रही है, तां उहदे जिहड़े कंडे आ उह केले नूं वजदे ने, तां नुकसान किहदा हुंदा है, केले दा ही हुंदा है, केला ही जख्मी हुंदा आ। इसे तर जिहड़ी बेरी आ उहदा तां कोई नुकसान नहीं होया, उह झूमदी है, उहदे कंडे डिगदे आ तां केले नूं वज गए, केले दा नुकसान होया, बेरी दा कोई नुकसान नहीं होया। इसे तरह साडी जिंदगी दे विच हुंदा आ, माड़े बंदे दी संगत करन दे नाल उहदा चलो जो भी बुरा होना है जां माड़ा होना है पता नहीं, पर अपना साडा माड़ा जरूर हो जांदा है। चंगी गल है कि असीं उहनां नूं अपने वर्गा बणाईए जेकर असीं चंगे हाँ, पर यह ना होवे कि असीं उहनूं चंगे करदे करदे उहदियां माड़ियां आदतां जिहड़ियां आ उह आप ग्रहण कर लईए। फिर चंगी संगत बारे भी गुरबाणी दे विच फुरमान मिलदा आ, कबीर संगत करिए सादगी अंत करै निर्वाह, साकत संग ना कीजिए जाते हुए बिनाह। सच्ची ते चंगी संगत ही करनी चाहिए है। एक होर उदाहरण दे दिंदे आ, चलो मैगनेट आ यानी कि चुंबक, वह किवें काम करती है। जेकर आपां मैगनेट नूं चुंबक नूं जां फिर लोहे नूं दोनों नूं एक दूसरे दे कोल रख दिंदे आ, तां जिहड़ा लोहा आ कुछ समय बाद वह भी उस चुंबक की तरह ही काम करन लग जाता है, उहदे विच भी वह जिहड़ी मैगनेट वाली प्रॉपर्टीज़ आ वह आ जाए। वह किवें हुंदा है,
क्योंकि जो आप उन्होंने कट्ठिया रख दें तो जो विचला करंट है वो इको दिशा के बहन लगता है, मैगनैटिक फील्ड पैदा होंगी है, तो जोड़ा लोहा है वह भी मैगनेट की तरह काम कर लगन लग जाता है। तो इस तरह जेकर लोहे तो लोहे में एक दूजे के कोल रख दो तो कोई जी किरिया वे नहीं होगी। इस तरह हुण जेकर बड़े लोग है वह कहणगे कि असी तो जिहड़े साढ़े लागे कई नकारात्मक लोग रहिंदे ने, नैगेटिव गल्लां ही हर वेले करदे रहिंदे ने, क्योंकि नैगेटिव गल्लां नूं सुण के जिहड़ियां वाइब्स हुंदियां ने उह साडे ते वी असर करदियां आ। जे पॉजिटिव सुणदे आ तां फिर सानूं वी पॉजिटिविटी आउंदी आ, असीं खुश हुंदे आ। पर कई लोग इदां दे वी होणगे कि असी साढ़े आस पास ही जिहड़ियां दे विच हुण रोज़ रहिंदे आ, दोस्त वी उदां दे होए जां घर दे विच रहिंदे आ, फैमिली परिवार दे विच वी कोई इदां दा मैंबर होवेगा जिहड़ा नकारात्मक गल्लां करदा रहिंदा, असीं कित्थे जाइए फिर? उहदे तों दूर नहीं जा सकते। फिर उत्थे की देखो, अज के समय के जी मोबाइल यहो जी टेक्नीक आ एक वरदान साबित हो रही है। मान लो तुसी लागे तुहाडे बने जिहड़ा एक बंदा आ नकारात्मक गल्लां करी जांदा, सानू मतलब चंगियां नहीं लगदियां उहदियां गल्लां, असी फोन दे विच खुब्बे होए आ, फोन दे विच किसे नाल चैट कर रहे हैं या जो भी कर रहे हैं, है ना, किसी इहो जिहे बंदे नाल जिहड़ा जिहड़ा साढ़े दिल दे बहुत करीब आ, असी उहदे नाल अपना हर दुख सुख सांझा करदे आ, उहदे नाल गल करके सानू सकून मिलदा आ, सानूं पॉजिटिविटी मिलती है, चाहे वह बंदा किसी होर देश च ही क्यों ना बैठा होवे, तुहाडा भैण भराया, तुहाडा दोस्त मित्र कोई भी होए, किसी होर देश च वी क्यों ना बैठा होवे, वह शरीरक तौर पर तुहाडे तो दूर आ पर वह दिमागी तौर पर तुहाडे कोल आ, तुहाडे दिमाग दे विच आ, तुहाडे दिल दे कोल आ। इस तरह जेकर जिहड़े हुण नकारात्मक लोग ने, है तो शरीरक तौर पर तुहाडे कोल आ पर दिमागी तौर पर तुहाडे तो दूर आ, सानूं कोई लैणा देना नहीं, वह लागे की बोलते पए ने, ते जेकर कोल तां है आ, लैना देना ता नहीं होगा जेकर असी उन्हां दियां गल्लां नूं उन्हां नूं इग्नोर कर दिए, उन्हां वल ध्यान ना दिए, अपने दिमाग ते उन्हां नूं हावी ना होण दिए। इस तरह आपां मोबाइल दे विच वड़े होए, सानूं नहीं पता साडे लागे जिहड़ा वी है, जेकर मोबाइल दे विच खुब्बे होए किसी अपने प्यारे दे नाल गल कर रहे हैं तां फिर सारा ध्यान साडा उधर ही है। जेकर इस तरह असी जिहड़ा नकारात्मक बंदा है कुछ भी चाहे क्यों ना बोलता होवे, जेकर तो चंगी गल दिंदा आ तां सानू मननी चाहिए है, पर जेकर तुहानू पता अपने आप ते विश्वास है कि तुसी जो कर रहे हो सही कर रहे हो, अगला बंदा एवें बेवजह बोल रहा तां फिर तुसी उहदियां गल्लां नू इग्नोर कर सकते हो, उन्हां नू अपने दिमाग ते हावी ना होण दिओ, इन्ना कु तुहानू करना पवेगा, इहनू कोशिश करो रोज़ रोज़ करन ते अजिहा हो जाएगा। अपने मन नू शांत रखो, सकून दे विच रखो, अजिहियां चीज़ां भी जिहड़ियां पॉसीबल आ उह हो जाणगियां। नकारात्मक बंदियां तों वैसे तां दूर रहो, हो सकदा है तां उहनां नू चंगा बनाउण दी कोशिश करो, पर इह ना होवे कि चंगा बनाउंदे बनाउंदे तुसी खुद उह अपने अंदर लै जावो। बुरी संगत तो दूर रहो, जिहड़ी चंगी संगत आ उहदे कोल जावो, चंगी संगत दे कोल रहोगे तो तुसी चंगे बन जावोगे, जेकर बुरे बंदे कोल रहोगे जिहड़ा बुरियाइयां करदा है, दूजिआं दी चुगली निंदा करदा है, एक दिन बैठोगे तुहानू चंगा नहीं लगा, दूजे दिन फिर बैठोगे, फिर तुसी एक दो गल्लां सुनोगे, तीजे दिन चार सुनोगे, हौली हौली तुसी उहदी संगत दे विच उहो जिहे ही बन जावोगे, दूजिआं दी चुगली निंदा करोगे। इस चुगली निंदा तो दूर जिन्ना हो सकता है उन्ना ही रहो, तुहाडे कई दुखड़े खत्म हो जाणगे, जिन्ना दूर हुंदा इहदे तों दूर रहो, सकारात्मक रहो, पॉजिटिव रहो, तो खुश रहो, अपने आप दे विच रहो। इस तरह ये जिहड़ियां कुछ क चीज़ां है इन्हां नूं जीवन दे विच ढाल के असी जिहड़े इहो जिहे नकारात्मक बंदे आ उन्हां तों दूर रह सकदे आ, चंगी संगत दा करके अपने जीवन दे विच वी कामयाब हो सकदे आ, क्योंकि चंगी संगत दा एक कामयाब बंदे दे कामयाबी पिछे बहुत वड्डा हाथ हुंदा है। साडी अज दी इह वीडियो किहो जिही लगी इस बारे अपने विचार जरूर दिओ। ताज़ा खबरां ते नवीआं जानकारी भरपूर वीडियोज़ देखण वास्ते सबसक्राइब करो साडा यूट्यूब चैनल सुरखाब टीवी। जेकर तुसी इस वीडियो नू फेसबुक उत्ते देख रहे हो तां साडा फेसबुक पेज रहमत टीवी भी लाइक ते फॉलो कर लो।